ਸਤਿ ਸ਼੍ਰੀ ਅਕਾਲ ਜੀ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ। ਗਰਮੀਆਂ ਦਾ ਮੌਸਮ ਨੂੰ ਦੇਖਦੇ ਹੋਏ ਆਪਾਂ ਵੀ ਮਸਲੀਨ ਦੇ ਸੂਟ ਜਿਹੜੇ ਕਿ ਲੈ ਕੇ ਆਏ ਹਾਂ ਤੁਹਾਡੇ ਸਾਹਮਣੇ। ਮਸਲੀਨ ਕਾਟਨ ਡੈਂਟਿੰਗ ਵਾਲੀ ਜਿਹੜੀ ਕਿ ਮਸਲੀਨ ਆ ਉਹਦੇ ਉੱਪਰ ਆਪਣੇ ਇਹ ਵਾਲਾ ਸੂਟ ਜਿਹੜਾ ਕਿ ਰੈਡੀ ਕੀਤਾ ਗਾ। ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਜਿਹੜਾ ਕਿ ਸੂਟ ਬਣਿਆ ਗਾ। ਵਰਕ ਵੀ ਬਹੁਤ ਪਿਆਰਾ ਗਾ, ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਜਦੋਂ ਵਰਕ ਹੋਇਆ ਹੋਇਆ ਸੂਟ। ਕਲਰ ਵੀ ਲਾਈਟ ਸੀ ਗ੍ਰੀਨ ਜਿਹਾ ਕਲਰ ਹੈ, ਬਹੁਤ ਹੀ ਸਰਦਾਰੀ ਜਿਹੇ ਰੰਗ ਦਾ ਸੂਟ ਹੈ ਜੀ। ਬਹੁਤ ਸੋਹਣੇ ਲੁੱਕ ਦੇ ਵਿੱਚ ਰੈਡੀ ਹੋਇਆ ਗਾ। ਅਤੇ ਇਹ ਵੀਡੀਓ ਨੂੰ ਚੱਲਦੇ ਚੱਲਦੇ ਸ਼ੇਅਰ ਕਰ ਦਿਉ ਤਾਂ ਕਿ ਹੈ ਨਾ ਸਾਰਿਆਂ ਨੂੰ ਪਤਾ ਚੱਲ ਜਾਵੇ ਵੀ ਗਰਮੀ ਵਾਲੇ ਸੂਟਾਂ ਦੇ ਡਿਜ਼ਾਈਨ ਨੇ ਜਿਹੜੇ ਕਿ ਬਹੁਤ ਹੀ ਸੋਬਰ ਜਿਹੇ ਨਾ ਆਪਾਂ ਲੈ ਕੇ ਇਹਦੇ ਨਾਲ ਆਪਣੀ ਬੋਟਮ ਬਣਾਈ ਹੈ। ਐਂਡ ਮੈਂ ਤੁਹਾਨੂੰ ਦੁਪੱਟਾ ਦਿਖਾਉਣੀ ਹੈ। ਦੁਪੱਟਾ ਵੀ ਬਹੁਤ ਸੋਹਣਾ ਗਾ। ਦੁਪੱਟੇ ਦਾ ਵਰਕ ਐਂਡ ਸਟੱਫ ਜਿਹੜਾ ਕੱਪੜੇ ਸੇਮ ਲਗਾਇਆ ਗਾ, ਸੇਮ ਹੀ ਦੁਪੱਟੇ ਦਾ ਸਟੱਫ ਆ, ਸੇਮ ਹੀ ਸੂਟ ਦਾ ਸਟੱਫ ਹੈ। ਮਸਲੀਨ ਕਾਟਨ ਡੈਂਟਿੰਗ ਵਾਲੀ ਬਹੁਤ ਹੀ ਸੋਫਟ, ਬਹੁਤ ਹੀ ਜ਼ਿਆਦਾ ਸੋਫਟ ਲੁੱਕ ਦੇ ਵਿੱਚ ਇਹ ਜਿਹੜਾ ਕਿ ਸੂਟ ਆਇਆ ਰੈਡੀ ਹੋਇਆ ਗਾ। ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਐਂਡ ਦੁਪੱਟੇ ਦਾ ਵੀ ਬਹੁਤ ਸੋਹਣਾ ਕਲਰ ਐਂਡ ਵਰਕ ਹੈ ਜੀ। ਤੁਸੀਂ ਵੀ ਐਵੇਂ ਦੇ ਕਲਰ ਐਂਡ ਸੂਟ ਸਾਡੇ ਤੋਂ ਲੈ ਸਕਦੇ ਹੋ ਪਿਓਰ ਕਾਟਨ ਦੇ ਵਿੱਚ, ਜਿੱਦਾਂ ਕਿ ਬਹੁਤ ਹੀ ਸੋਫਟ ਪਾਰਟੀ ਵੀਅਰ ਕਾਟਨ ਹੈ ਇਹ ਜੀ, ਮਸਲੀਨ ਕਾਟਨ ਡੈਂਟਿੰਗ ਵਾਲੀ। ਐਂਡ ਮੈਂ ਤੁਹਾਨੂੰ ਨੈਕਸਟ ਸੂਟ ਦਿਖਾਉਣੀ ਆ, ਉਹ ਵੀ ਗਰਮੀਆਂ ਲਗਾ ਬੇਸੰਸ ਰਹੋ, ਬਹੁਤ ਹੀ ਜ਼ਿਆਦਾ ਆਰਾਮਦਾਇਕ, ਬਹੁਤ ਹੀ ਸੋਹਣਾ ਗਰਮੀ ਵਾਲਾ ਫੈਬਰਿਕ ਹੈ ਇਹ ਵੀ। ਮਤਲਬ ਕਿ ਪਾਰਟੀ ਵੇਅਰ ਇੱਕ ਕਹਿ ਦਿੰਦੇ ਆਪਾਂ, ਜਿਵੇਂ ਹਲਕਾ ਜਾਣਾ ਕਿਤੇ ਜਾਣਾ ਆਪਾਂ ਨੇ ਤਾਂ ਆਪਾਂ ਇਹ ਸੂਟ ਨੂੰ ਪਾ ਕੇ ਜਾ ਸਕਦੇ ਹਾਂ, ਕਿਉਂਕਿ ਇਹਦੇ ਵਿੱਚ ਜ਼ਿਆਦਾ ਵਰਕ ਵੀ ਨਹੀਂ ਕੀਤਾ, ਓਨਲੀ ਨੈਕ ਡਿਜ਼ਾਈਨਿੰਗ ਕੀਤੀ ਆਪਾਂ ਨੇ। ਅਤੇ ਇਹਦੀਆਂ ਜਿਹੜੀਆਂ ਸਲੀਵਸ ਨੇ, ਸਲੀਵਸ ਦੇ ਉੱਪਰ ਆਪਾਂ ਨੇ ਥੋੜ੍ਹੀ ਜਿਹੀ ਡਿਜ਼ਾਈਨਿੰਗ ਦਿੱਤੀ ਹੈ ਐਂਡ ਨੈਕ ਦੇ ਉੱਪਰ ਵੀ ਥੋੜ੍ਹਾ ਜਿਹਾ ਵਰਕ ਹੈ। ਅਤੇ ਇਹਦੀਆਂ ਸਲੀਵਸ ਤੁਸੀਂ ਵੇਖ ਹੀ ਰਹੇ ਹੋਵੋਗੇ ਜਿਹੜੀਆਂ ਕਿ ਬਹੁਤ ਸੋਹਣੀਆਂ ਕੱਟ ਲੱਗ ਕੇ ਬਣੀਆਂ ਹੋਈਆਂ ਨੇ। ਦੇਖੋ ਤੁਸੀਂ ਇਹ ਸਲੀਵਸ ਨੂੰ ਐਂਡ ਇਹਨੂੰ ਸੂਟ ਨੂੰ, ਜਿਹੜਾ ਕਿ ਸੂਟ ਹੈ ਬਹੁਤ ਹੀ ਸੋਹਣਾ ਲੱਗ ਰਿਹਾ ਹੈਗਾ ਸੂਟ। ਅਤੇ ਮੈਂ ਤੁਹਾਨੂੰ ਇਹਦੀ ਬੋਟਮ ਹੈ ਜਿਹੜੀ ਕਿ ਉਹ ਵੀ ਵਿਖਾਉਣਾ ਚਾਹੁੰਦੀ ਹਾਂ। ਇਹਦੀ ਆਪਣੀ ਬੋਟਮ ਹੈ ਜਿਹੜੀ ਉਹ ਇੱਕ ਸਟਾਈਲੀ ਜੀ ਕੀਤੀ ਹੈਗੀ ਰੈਡੀ। ਮੈਂ ਤੁਹਾਨੂੰ ਬੋਟਮ ਦਿਖਾ ਰਹੀ ਹੈਗੀ, ਬੋਟਮ ਦੀ ਲੁੱਕ ਤੁਸੀਂ ਵੇਖੋਗੇ, ਤੁਸੀਂ ਵੀ ਕਹੋਗੇ ਵਾਹ ਇੰਨੀ ਸੋਹਣੀ ਲੁੱਕ ਦੇ ਵਿੱਚ ਸਲਵਾਰ ਰੈਡੀ ਹੋਈ ਆ। ਸਲਵਾਰ ਜਿਹੜੀ ਕਿ ਬਹੁਤ ਸੋਹਣੀ ਲੱਗਦੀ ਹੈ, ਟੂਲਿਪ ਸਲਵਾਰ ਇਹਨੂੰ ਬੋਲਦੇ ਹਾਂ ਆਪਾਂ। ਇਹ ਅਸੀਂ ਬਣਾਈ ਹੈ ਜੀ, ਦੇਖੋ ਤੁਸੀਂ ਇੱਦਾਂ, ਇਹ ਬਹੁਤ ਸੋਹਣੀ ਲੱਗਦੀ ਹੈ ਲੁੱਕ ਦੇ ਵਿੱਚ। ਹੁਣ ਕਿਉਂਕਿ ਥੋੜ੍ਹੇ ਜਿਹੇ ਬਲ ਜੇ ਪਏ ਹੋਏ ਆ ਕਾਰਨ ਕਿ ਇਹ ਨਾ ਪੈਕਿੰਗ ਦੇ ਵਿੱਚੋਂ ਖੁੱਲ੍ਹੇ ਸੀਗੇ, ਅਤੇ ਇਹ ਟੂਲਿਪ ਸਲਵਾਰ ਦੇ ਨਾਲ ਆਪਣੇ ਇਹਨੂੰ ਕੁੜਤੀ ਨੂੰ ਰੈਡੀ ਕੀਤਾ। ਆਪਾਂ ਨੇ ਇਸ ਤਰੀਕੇ ਨਾਲ ਇਹਦੀਆਂ ਜਿਹੜੀਆਂ ਬਾਜੂ ਸੀ ਉਹਨਾਂ ਨੂੰ ਵੀ ਕੱਟ ਦੇ ਕੇ ਇੱਕ ਫਿਨਿਸ਼ਿੰਗ ਦਿੱਤੀ, ਕਿਉਂਕਿ ਨੀਚੇ ਮੂਰੀ ਦੇ ਉੱਪਰ ਵੀ ਇਹ ਵਾਲਾ ਜਿਹੜਾ ਕੱਟ ਸੀਗਾ ਕੱਟ ਆਇਆ ਸੀ, ਉਸ ਤਰੀਕੇ ਨਾਲ ਹੀ ਆਪਣੇ ਸਲਵਾਰ ਬਾਜੂ ਦੇ ਵਿੱਚ ਵੀ ਆਪਣੇ ਇਹਨੂੰ ਸ਼ੇਪ ਦੇ ਕੇ ਇੱਕ ਕਟਿੰਗ ਕੀਤਾ। ਤੁਸੀਂ ਵੇਖੋ ਇਹ ਸਲਵਾਰ ਹੋ ਗਈ ਜੀ, ਇੱਧਰ ਆਪਾਂ ਇਹਨੂੰ ਸਾਈਡ 'ਤੇ ਰੱਖ ਦਿੰਦੇ ਹਾਂ। ਬਹੁਤ ਸੋਹਣੀ ਲੁੱਕ ਦੇ ਵਿੱਚ ਸਲਵਾਰ ਰੈਡੀ ਹੋਈ ਆ। ਐਂਡ ਇਹ ਹੋ ਗਈ ਸ਼ਰਟ ਜਿਹੜੀ ਕਿ ਤੁਸੀਂ ਵੇਖ ਰਹੇ ਹੋ। ਮੈਂ ਤੁਹਾਨੂੰ ਇਹਦਾ ਦੁਪੱਟਾ ਵੀ ਦਿਖਾਉਣੀ ਹਾਂ, ਜਿਹੜਾ ਕਿ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਦੁਪੱਟਾ। ਦੁਪੱਟੇ ਦੀ ਲੁੱਕ ਵੀ ਤੁਸੀਂ ਵੇਖੋਗੇ, ਜਿਹੜਾ ਆਪਾਂ ਨੇ ਮਤਲਬ ਕਿ ਵਰਕ ਨੈਕ ਦੇ ਉੱਪਰ ਆ ਉਹੀ ਵਰਕ ਆਪਾਂ ਨੇ ਦੁਪੱਟੇ ਦੀ ਫੋਰ ਲਾਈਨ ਫੋਰ ਸਾਈਡ 'ਤੇ ਕੀਤਾ ਗਾ। ਇਹ ਬਹੁਤ ਹੀ ਸੋਹਣਾ ਦੁਪੱਟਾ, ਪਰ ਥੋੜ੍ਹਾ ਜਿਹਾ ਗਰਲਿਸ਼ ਹੈ, ਜੇ ਮੈਂ ਕਹਾਂ ਵੀ ਇਹ 40-45 ਸਾਲ ਦੀਆਂ ਪਾ ਸਕਦੇ ਨੇ। ਹਾਂਜੀ, ਉਹ ਉਹਨਾਂ ਦੀ ਇੱਛਾ ਗਈ, ਕਿਉਂਕਿ ਕਈ ਵਾਰ ਹੁੰਦਾ ਗਾ ਨਾ ਵੀ ਪਣੇ ਲੋਟ ਇਹ ਦੁਪੱਟਾ ਕਾਫੀ ਜ਼ਿਆਦਾ ਚੌੜਾਈ 'ਚ ਨਹੀਂ ਹੈਗਾ, ਬਟ ਇਹ ਲੈਣਾ ਬਹੁਤ ਸੌਖਾ ਹੈਗਾ, ਈਜ਼ੀ ਆ। ਇੱਦਾਂ ਨਹੀਂ ਹੈਗਾ ਵੀ ਇਹ ਦੁਪੱਟੇ ਨੂੰ ਆਪਾਂ ਯੂਜ਼ ਨਹੀਂ, ਇਹ ਦੁਪੱਟਾ ਜਿਵੇਂ ਗੁਰਦੁਆਰਾ ਸਾਹਿਬ ਜਾਣਾ ਸਿਰ 'ਤੇ ਟਿਕਿਆ ਰਹੂਗਾ, ਅਤੇ ਹੈ ਵੀ ਬਹੁਤ ਸੋਹਣਾ, ਬਹੁਤ ਹੀ ਜ਼ਿਆਦਾ ਕੰਫਰਟੇਬਲ। ਐਂਡ ਇਹਦਾ ਜਿਹੜਾ ਪ੍ਰਿੰਟ ਹੈ, ਪ੍ਰਿੰਟ ਤੁਸੀਂ ਵੇਖ ਰਹੇ ਹੋ, ਪ੍ਰਿੰਟ ਬਹੁਤ ਸੋਹਣਾ ਗਾ, ਬਹੁਤ ਸੋਹਣੀ ਲੁੱਕ ਦੇ ਵਿੱਚ ਪ੍ਰਿੰਟ ਹੈਗਾ ਜੀ। ਬਾਰਡਰ ਵੀ ਬਹੁਤ ਸੋਹਣਾ, ਜਿਹੜਾ ਕਿ ਵਰਕ ਨਾਲ ਕਲੀਨ ਕੀਤਾ, ਬਹੁਤ ਸੋਹਣਾ ਹੋਇਆ ਹੋਇਆ, ਸਾਫ ਸਾਫ ਵਰਕ ਆ। ਇਹ ਦੇਖੋ ਇਹ ਪੱਟੀ ਨਹੀਂ ਲੱਗੀ ਹੋਈ ਜੀ, ਇਹ ਵਰਕ ਕੀਤਾ ਹੋਇਆ ਗਾ। ਹਾਂਜੀ, ਇੱਕ ਸੂਟ ਤੁਹਾਨੂੰ ਹੋਰ ਦਿਖਾਉਣਾ, ਜਿਹੜਾ ਕਿ ਬਹੁਤ ਸੋਹਣਾ ਬਣਿਆ ਗਾ। ਬਲੈਕ ਸ਼ੇਡ ਹੈ ਇਹਦਾ, ਬਲੈਕ ਮਤਲਬ ਕਿ ਜ਼ਿਆਦਾ ਬਲੈਕ ਵੀ ਨਹੀਂ, ਗ੍ਰੇ ਵੀ ਨਹੀਂ, ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਵਾਲਾ ਸੂਟ ਹੈ ਜਿਹੜਾ ਕਿ ਤੁਸੀਂ ਵੇਖ ਰਹੇ ਹੋ। ਬਹੁਤ ਸੋਹਣਾ ਲੱਗਦਾ ਇਹ ਵੀ ਸੂਟ ਬਲੈਕ, ਅਤੇ ਇਹਦੇ ਤੁਸੀਂ ਪ੍ਰੋਪਰ ਡਿਜ਼ਾਈਨ ਵੇਖ ਸਕਦੇ ਹੋ। ਪ੍ਰੋਪਰਲੀ ਆਪਾਂ ਵਾਈਟ ਦੇ ਵਿੱਚ ਜਿਹੜਾ ਕਿ ਵਰਕ ਕਰਵਾਇਆ ਉਹ ਸਾਰਾ ਆਰੀ ਦਾ ਕੰਮ ਕਰਵਾਇਆ, ਆਰੀ ਦਾ ਕੰਮ ਬਹੁਤ ਸੋਹਣੇ ਤਰੀਕੇ ਨਾਲ ਹੋਇਆ ਹੋਇਆ। ਸ਼ਾਇਦ ਮੇਰੀ ਪਹਿਲਾਂ ਵਾਲੀ ਵੀਡੀਓ 'ਚ ਵੇਖਿਆ ਹੋਊਗਾ ਤੁਸੀਂ ਨੇ, ਇਹ ਸੂਟ ਵਰਕ ਹੋ ਰਿਹਾ ਸੀ ਜਦੋਂ, ਅਤੇ ਹੁਣ ਇਹ ਸੂਟ ਬਹੁਤ ਸੋਹਣੇ ਤਰੀਕੇ ਨਾਲ ਫਿਨਿਸ਼ ਹੋ ਚੁੱਕਿਆ ਗਾ। ਵਰਕ ਵੀ ਤੁਸੀਂ ਦੇਖੋਗੇ ਤਾਂ ਬਹੁਤ ਫਿਨਿਸ਼ਿੰਗ ਦੇ ਨਾਲ ਜਿਹੜਾ ਕਿ ਰੈਡੀ ਹੋਇਆ ਹੋਇਆ। ਅਤੇ ਇਹਦੇ ਨਾਲ ਆਪਾਂ ਨੇ ਪਲਾਜ਼ੋ ਆ ਜਿਹੜਾ ਕਿ ਉਹ ਪਲਾਜ਼ੋ ਵੀ ਰੈਡੀ ਕੀਤਾ, ਪਲਾਜ਼ੋ ਬਹੁਤ ਸੋਹਣਾ ਲੱਗਦਾ। ਇਹ ਦੇਖੋ ਪੌਂਚਿਆਂ ਦੇ ਉੱਪਰ ਜਿਹੜਾ ਕਿ ਪਲਾਜ਼ੋ ਆ, ਪਲਾਜ਼ੋ ਦਾ ਵਰਕ ਆ ਗਿਆ, ਅਤੇ ਨੀਚੇ ਆਪਾਂ ਨੇ ਜਿਹੜੀ ਪਾਈਪਿੰਗ ਦਿੱਤੀ ਹੈਗੀ ਇਹਨੂੰ ਫਿਨਿਸ਼ਿੰਗ ਲਈ ਦਿੱਤੀ ਹੈ। ਐਂਡ ਇਹਦੇ ਵੀ ਆਪਾਂ ਨੇ ਸੂਟ ਦੇ ਵੀ ਚੱਕਾਂ ਦੇ ਉੱਪਰ
बाजू दे भी उपर है ना यही पाइपिंग नू अपने फिनिश किया गा। देखो तुसी सारी पाइपिंग ला के अपने जिहड़ी कि लेस सी उहदी पाइपिंग बना के अंडरग्राउंड थोनों लगा के दिती है। बहुत सोहनी लुक दे विच ये सूट रेडी होया जिहड़ा तुसी वेख रहे होंगे। बहुत सोहना लगेगा जब सूट नू तुसी वाई करो सॉरी वेयर करोगे तां बहुत प्यारा लगना। तुसी भी एवें दे हल्के हल्के सूट बनवा सकते हो जिहड़े कि वर्क नाल जां प्रिंटेड जां तुसी जिवें हल्के फुल्के जिद्दां असीं ये प्रिंट सूट दिखाए सी एवें दे है ना। कोई भी सूट तुहानूं चाहिए आ तां तुसी साडे नाल जरूर कॉन्टैक्ट कर सकते हो। साडा नंबर तुहानूं देख ही रहा है स्क्रीन दे उपर। तुसी चक्को फोन घुमाओ सानूं फोन लाओ ते असीं तुहाडे हाज़र हाँ अगे सूट थोनों देन लई थोनों दिखाउण लई एंड तुहाडे सूटां दी स्टिचिंग करके तुहाडे कोल भेजांगे। थैंक यू जी वीडियो नूं वेखण लई ते शेयर करन लई। थैंक यू सो मच। थैंक यू।